ਬੋਲ ਹੀ ਗੁਰਪਾਲ ਸਿੰਘ ਅਜੇ 17 ਦਿਨ ਹੋ ਗਏ ਜੀ ਤੇ ਮੇਰੇ ਝੋਨੇ ਦਾ ਮੋਚਰ ਵੀ ਮੰਨ ਕੇ ਚਲੋ ਵੀ 16.8 ਆ ਰਿਹਾ ਮੈਂ ਚੈੱਕ ਕਰਾ ਲਿਆ ਤੇ ਕੋਈ ਸੈਲਰ ਵਾਲਾ ਹੱਥ ਨੀ ਪਾਉਂਦਾ ਸੈਲਰ ਵਾਲਾ ਕਹਿੰਦਾ ਵੀ ਕਾਟ ਦੇ ਤਾਂ ਝੋਲਾ ਝੋਨਾ ਤੋਲ ਦੂੰਗਾ ਜੀ ਧੱਕਾ ਹੋ ਰੱਖਿਆ ਧੱਕਾ ਹੋ ਜਾਂਦਾ ਸ਼ਰੇਆਮ ਜ਼ਿਮੀਦਾਰ ਨੇ ਜੀ ਆਹ ਮੇਰੇ ਨਾਲ ਲਿਆ ਬਜ਼ੁਰਗ ਬੈਠੇ ਇਹਨਾਂ ਨੂੰ ਵੀ 17 ਦਿਨ ਹੋ ਗਏ ਸਾਡੀ ਕੋਈ ਸੁਣਾਈ ਨੀ ਮੰਡੀ ਦੇ ਵਿੱਚ ਨਾ ਇੱਥੇ ਕੋਈ ਲੈਟਰਿੰਗ ਆ ਨਾ ਕੋਈ ਬਾਥਰੂਮ ਆ ਨਾ ਕੋਈ ਇੱਥੇ ਪਾਣੀ ਦੀ ਸੁਵਿਧਾ ਹੈਗੀ ਪਾਣੀ ਵੀ ਉਹ ਟੈਂਕੀਆਂ 'ਚ ਖਾਰਾ ਹੈਗਾ ਉਹ ਤਾਂ ਝਾੜ ਕਿੰਨਾ ਕੁ ਜੇ ਆ ਗੱਲ ਕਰੀਏ ਝਾੜ ਦੀ ਝਾੜ ਦਾ ਮੰਨ ਕੇ ਹਾਂਜੀ ਕਿੱਲੇ ਦਾ ਹੱਡਾ ਮੰਨ ਕੇ ਚਲੋ ਜਿਹੜੇ ਹਿਸਾਬ ਨਾਲ 17 ਦਿਨ ਹੋ ਗਏ ਹਾਲਾਤ ਆ ਜੀ 10-10 ਮੰਨ ਚੱਕ ਘਟ ਗਿਆ ਝੋਨਾ ਵੱਢਿਆ ਜੀ ਉਹਦੇ ਨਾਲ ਵੀ ਘਟਿਆ ਜੀ ਗਰਮੀ ਕਾਰਨ ਘਟਿਆ ਜੀ ਮੀਂਹ ਨੀ ਪੈ ਰਿਹਾ ਜਿਹੜਾ ਹੁਣ ਝੋਨਾ 26 ਆ ਜੀ 26 ਨੂੰ ਸਰਕਾਰ ਨੱਕ ਮਾਰ ਰਹੀ ਹੈਗੀ ਪਹਿਲਾਂ ਭਗਵੰਤ ਮਾਨ ਨੇ ਐਲਾਨ ਕਰਤਾ ਜੀ ਮੈਂ ਤਲਾਉਣਾ ਹੈਗਾ ਚੱਕੂਗਾ ਜੀ 26 ਨੂੰ ਚੱਕ ਦੇ ਨੀਗੇ ਜਿੰਨੇ ਵੀ ਸਾਰੇ ਜ਼ਿਮੀਦਾਰ ਆ ਕਾਰ ਦੇ ਝੋਨਾ ਦੇ ਰਹੇ ਆ ਜੀ ਉਹ ਕਾਰ ਦੇ ਕਾਰ ਕਟਾਉਣੇ ਹੈਗੇ ਉਹ ਇਹਨਾਂ ਸਾਨੂੰ 5-5-6-6 ਮਨ ਦਾ ਘਾਟਾ ਪੈ ਰਿਹਾ ਜੀ ਤੁਹਾਨੂੰ ਕਿੰਨੇ ਦਿਨ ਹੋ ਗਏ ਮੰਡੀ 'ਚ 17 ਦਿਨ ਹੋ ਗਈ ਕਣਕ ਕਿੰਨੀ ਕੁ ਲੇਟ ਹੋ ਜੂਗੀ ਕਣਕ ਹੁਣ ਬੀਜੀ ਨੀ ਗਈ ਜੀ 20 ਦਿਨ ਲੇਟ ਆ ਜੀ ਅੱਗੇ ਨਾਲ ਖੇਤੀ ਸਾਂਭਣ ਵਾਲੇ ਇਕੱਲੇ ਹੋ ਮੰਡੀ 'ਚ ਵੀ ਰਹਿੰਦੇ ਹੋ ਜਾਂ ਫਿਰ ਖੇਤ ਜਾਂਦੇ ਹੋ ਨਾ ਖੇਤੀ ਸਾਂਭਣ ਵਾਲਾ ਇਕੱਲੇ ਹੀ ਜੀ ਮੰਡੀ 'ਚ ਹੀ ਰਹਿੰਦਾ ਮੈਂ ਘਰੇ ਮੈਨੂੰ ਅੱਜ 17 ਦਿਨ ਹੋ ਗਏ 17 ਦਿਨ 'ਚ ਮੈਂ 2 ਵਾਰੀ ਗਿਆ ਗਾ ਝੋਨੇ ਕੋਲ ਹੀ ਬੈਠੇ ਹਾਂਜੀ ਮੇਰਾ ਨਾਂ ਤਾਂ ਬਲੌਰ ਸਿੰਘ ਹੈ ਜੀ ਹਾਂਜੀ ਕਿੰਨੇ ਦਿਨ ਹੋ ਗਏ ਇੱਥੇ ਮੰਡੀ 'ਚ ਬੈਠੇ ਹੋ ਕੋਈ ਸਮੱਸਿਆ ਮੰਡੀ 'ਚ ਜੀ ਸਾਨੂੰ 5 ਦਿਨ ਹੋ ਗਿਆ ਕਿਹੜਾ ਪਿੰਡ ਹੈ ਭਾਈ ਪਿੰਡ ਜੱਸੀ ਪਾਓ ਵਾਲੀ ਤੇ ਕੀ ਕਾਰਨ ਝੋਨਾ ਚੱਕਿਆ ਨਹੀਂ ਜਾ ਰਿਹਾ ਨਮੀ ਨਹੀਂ ਪੂਰੀ ਆ ਰਹੀ ਮੋਇਸਚਰ ਪੂਰਾ ਨਹੀਂ ਆ ਰਿਹਾ ਜਾਂ ਕੀ ਦਿੱਕਤ ਹੈ ਜੀ ਮੋਇਸਚਰ ਵਾਲਾ ਤਾਂ ਆਇਆ ਹੀ ਨਹੀਂ ਜੀ ਹਜੇ ਲਾਇਆ ਹੀ ਨਹੀਂ ਮੋਇਸਚਰ ਤਾਂ ਸਾਡਾ ਖਲਿਆਰ ਛੱਡਿਆ ਹੂੰ ਇੱਕ ਉਹ ਢੇਰੀ ਜ਼ਰੂਰ ਸੀ ਮੇਰੀ ਢੇਰੀ ਪਹਿਲਾਂ ਆਇਆ ਮਾਲ ਇਕੱਠਾ ਹੀ ਸੀ ਉਹ ਢੇਰੀ ਇੱਕ ਤੁਲ ਗਈ ਉਹ ਕਹਿੰਦੇ ਵੀ ਇਹ ਉਹ ਤਾਂ ਕੱਲ ਹੀ ਉਹਨੇ ਕਹਿਤਾ ਸੀ ਭਰਦੇ ਪਰ ਅੱਜ ਦੇ ਬਾਰੇ ਹਜੇ ਨਾ ਤਾਂ ਮੋਇਸਚਰ ਲਾਇਆ ਤੇ ਨਾ ਇਹ ਭਰੀ ਆ ਨਾ ਕੁਛ ਵੀ ਨਹੀਂ ਕਰਿਆ ਇਹਦੇ ਬਾਰੇ 5 ਦਿਨ ਹੋ ਗਏ ਨਮੀ ਵੀ ਚੈੱਕ ਨਹੀਂ ਹੋਈ ਮੇਰੇ ਦੀ ਤਾਂ ਹੋਈ ਨਹੀਂ ਦੂਜਿਆਂ ਦਾ ਆਪਾਂ ਕਹਿ ਨਹੀਂ ਸਕਦੇ ਝਾੜ ਇਸ ਵਾਰ ਕਹਿ ਰਹੇ ਆ ਕਾਫੀ ਘਟਿਆ ਤੁਹਾਨੂੰ ਵੀ ਲੱਗਿਆ ਜਿਹੜੀ ਪਹਿਲਾਂ ਢੇਰੀ ਵਿਕੀ ਆ ਵੀ ਉਹਦੇ 'ਚ ਘਟਿਆ ਝਾੜ ਹਾਂ ਘਟਿਆ ਜੀ ਕਿੰਨਾ ਕੁ ਏਕੜ ਮਗਰ ਮੇਰੇ ਖੇਤ ਦੇ ਵਿੱਚ ਤਾਂ 2 ਕੁਇੰਟਲ ਏਕੜ ਮਗਰ ਪੈ ਘਟਦਾ ਜੀ 2 ਕੁਇੰਟਲ ਹਾਂ ਏਕੜ ਮਗਰ ਕਾਰਨ ਤਾਂ ਜੀ ਕੀ ਕਹਿ ਸਕਦੇ ਆ ਕਈ ਵਾਰੀ ਰੇਹ ਵੀ ਘੱਟ ਵੱਧ ਹੋ ਸਕਦੀ ਹੈ ਬਾਰਿਸ਼ ਤੇ ਵੀ ਨਿਰਭਰ ਹੋ ਜਾਂਦਾ ਗੱਲ ਐ ਵੀ ਹੋ ਜਾਂਦਾ ਕਈ ਵਾਰ ਡਿੱਗ ਡੁੱਗ ਪੈਂਦਾ ਝੋਨਾ ਇਹ ਕਾਰਨ ਵੀ ਹੋ ਜਾਂਦਾ ਕਾਰਨ ਤਾਂ ਬਾਹਲੇ ਹੋ ਜਾਂਦੇ ਕਣਕ ਦੀ ਬਿਜਾਈ ਕਿੰਨੀ ਕੁ ਲੇਟ ਹੋ ਰਹੀ ਕਣਕ ਤਾਂ ਜੀ ਹੁਣ ਇਹ ਆ ਵੇਖ ਲਓ 11ਵਾਂ ਮਹੀਨਾ ਜਾਣ ਵਾਲਾ ਹੀ ਹੈ 11ਵੇਂ ਮਹੀਨੇ ਦੇ ਵਿੱਚ ਹੋਣੀ ਚਾਹੀਦੀ ਸੀ ਤੇ ਹੁਣ ਦੇਖ ਲਓ ਵੀ ਕਈ ਤਰੀਕ ਹੋ ਗਈ ਅੱਜ 20 ਹਾਂਜੀ ਆਹ 10 ਦਿਨਾਂ 'ਚ ਕਿਵੇਂ ਕਣਕ ਵੇਚ ਜੂਗੀ ਹਜੇ ਤਾਂ ਝੋਨਾ ਆਈ ਜਾਂਦਾ ਆਹ ਟਰਾਲੀਆਂ ਲਹੀ ਜਾਂਦੀਆਂ ਜੀ ਮੰਡੀ 'ਚ ਲੱਗਦਾ ਨੀ ਵੀ ਆਪਾਂ ਨੂੰ ਅਗਰ ਬਾਕੀ ਫਸਲਾਂ ਦਾ MSP ਮਿਲੇ ਖਰੀਦ ਦੀ ਗਰੰਟੀ ਹੋਵੇ ਆਪਾਂ ਝੋਨੇ ਦਾ ਰਾਹ ਛੱਡ ਸਕਦੇ ਹਾਂ ਫਿਰ ਕਿਵੇਂ ਝੋਨੇ ਦਾ ਰਾਹ ਕਿਵੇਂ ਛੱਡਿਆ ਜਾਊ ਜੀ ਜੇ ਝੋਨੇ ਤੋਂ ਬਗੈਰ ਤਾਂ ਫਸਲ ਹੀ ਹੋਰ ਹੁੰਦੀ ਨੀ ਹੁਣ ਹੀ ਅਟਕੀ ਨਾ ਤਾਂ ਨਰਮਾ ਤੇ ਨਾ ਹੀ ਸਰੋਂ ਹੁੰਦੀ ਹੈ ਦੂਜੇ ਆਪਾਂ ਸੋਣੀ ਪਾਸੇ ਆੜੀ ਵਾਲੇ ਪਾਸੇ ਜਾਈਏ ਸਰੋਂ ਵੀ ਨਹੀਂ ਹੁੰਦੀ ਤੇ ਸੋਣੀ ਵਾਲੇ ਪਾਸੇ ਜੇ ਝੋਨਾ ਨਹੀਂ ਲਾਉਂਦੇ ਨਰਮਾ ਨਹੀਂ ਹੁੰਦਾ ਕਰੀਏ ਕੀ ਕਾਰਨ ਤੁਸੀਂ ਦੱਸ ਦਿਓ ਇਹਨਾਂ ਦਿਨਾਂ 'ਚ ਜਦੋਂ ਮੰਡੀਆਂ 'ਚ ਇੰਨਾ ਤੰਗ ਪਰੇਸ਼ਾਨ ਹੁੰਦੇ ਆ ਵੀ ਇਹਦਾ ਕਾਰਨ ਉਹ ਲੱਗਦਾ ਨਹੀਂ ਵੀ ਆਪਾਂ ਅੱਕ ਕੇ ਦੂਜੇ ਪਾਸੇ ਚਲੇ ਜਾਵਾਂਗੇ
ਮਹਿਸੂਸ ਹੁੰਦੀ ਹੈ ਜੀ ਗੱਲ ਸਭ ਅੱਕੇ ਮੱਚੇ ਸਾ ਬੈਠੇ ਆ ਇਹ ਜਿਹਾ ਕੋਈ ਬੰਦਾ ਨੀ ਵੀ ਜਿਹੜਾ ਖੁਸ਼ ਆ ਮੁੰਡਾ ਹੁਣੀ ਆ ਇਹ ਬਦਲਣ ਨੂੰ ਫਿਰਦਾ ਅਸਾਂ ਦਿਲੋਂ ਇਹਨੂੰ ਦੇ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਅਤੇ ਆਪਣੇ ਬਠਿੰਡਾ ਕਮੇਟੀ ਦੇ ਅਧੀਨ ਆਪਣੇ ਇੱਕ ਮੁੱਖ ਯਾਰਡ 'ਤੇ 14 ਖਰੀਦ ਕੇਂਦਰ ਟੋਟਲ 15 ਮੰਡੀਆਂ ਪੈਂਦੀਆਂ ਜਿਹਦੇ 'ਚ ਕੱਲ੍ਹ ਤੱਕ ਸਾਡੇ ਕੋਲ 90,000 MT ਦੇ 90,500 MT ਅੰਬ ਆ ਚੁੱਕੀ ਮੰਡੀ ਦੇ ਵਿੱਚ ਅਤੇ ਉਹਦੇ ਵਿੱਚੋਂ 83,800 MT ਲਗਭਗ 84,000 MT ਦੀ ਜਿਹੜੀ ਬੋਲੀ ਹੁਣ ਤੱਕ ਹੋ ਚੁੱਕੀ ਹੈ ਲਿਫਟਿੰਗ ਕਿੰਨੀ ਜੀ ਲਿਫਟਿੰਗ ਇਹਦੇ ਵਿੱਚੋਂ ਜੀ ਆਪਣੀ 75,000 MT ਲਿਫਟ ਹੋ ਚੁੱਕਿਆ ਹੈਗਾ ਜੋ ਕਿ 90% ਦੇ ਕਰੀਬ ਆਪਣੀ ਲਿਫਟਿੰਗ ਹੁਣ ਤੱਕ ਹੋ ਚੁੱਕੀ ਹੈ ਪਿਛਲੇ ਸਾਲ ਕਿੰਨਾ ਵਧੇਗਾ ਜਾਂ ਕਿੰਨੇ ਰਹੇ ਜੀ ਪਿਛਲੇ ਸਾਲ ਆਪਣੇ ਕੋਲ ਜੀ 1,07,000 MT ਦੀ ਆਮਦ ਆਈ ਸੀਗੀ ਮੰਡੀ ਦੇ ਵਿੱਚ ਟੋਟਲ ਅਤੇ ਉਹਦੇ ਕੰਪੈਰੀਜ਼ਨ ਹਜੇ ਤੱਕ ਸਾਡੇ ਕੋਲ 90,000 MT ਆਈ ਹੈ ਜੋ ਕਿ 85% ਬਣਦੀ ਹੈ ਅਤੇ ਅਸੀਂ ਉਮੀਦ ਕਰਦੇ ਸਾਡੇ ਕੋਲ 90% ਦੇ ਕਰੀਬ ਆਮਦ ਜਿਹੜੀ ਆ ਜੂਗੀ ਪਿਛਲੇ ਸਾਲ ਦੇ ਮੁਕਾਬਲੇ 10% ਆਪਣੀ ਘੱਟੋ ਘੱਟ ਪਿਛਲੇ ਸਾਲ ਕੱਟਣ ਦਾ ਕੀ ਕਾਰਨ ਲੱਗਦਾ ਕੀ ਲੱਗਦਾ ਕੱਟਣ ਦਾ ਜੀ ਕੁਛ ਤਾਂ ਆਪਣਾ ਬਜਾਨ ਦਾ ਏਰੀਆ ਦਾ ਫਰਕ ਹੈਗਾ ਬਾਸਮਤੀ ਦਾ ਜਿਹੜਾ ਹੈਗਾ ਰਕਬਾ ਵਧਿਆ ਹੈਗਾ ਪਿਛਲੇ ਸਾਲ ਦੇ ਮੁਕਾਬਲੇ ਅਤੇ ਕੁਛ ਜਿਵੇਂ ਆਪਾਂ ਲੱਗ ਰਿਹਾ ਪਤਾ ਵੀ ਝਾੜ ਦਾ ਫਰਕ ਹੈਗਾ ਕਿੰਨਾ ਕੁ ਝਾੜ ਦੀ ਗੱਲ ਕਰਦੇ ਆ ਜੀ ਦੇਖੋ ਇਹ ਐਗਜੈਕਟ ਡਾਟਾ ਤਾਂ ਨਹੀਂ ਹੈਗਾ ਕਿੰਨਾ ਹੈਗਾ ਕਲਵਾ ਤੁਹਾਡੀ ਕਿਸਾਨ ਹੁੰਦੀ ਕਿੰਨੇ ਪਰਸੈਂਟ ਕਹਿੰਦੇ ਵੀ ਕਿੰਨਾ ਘੱਟ ਨਹੀਂ ਝਾੜ ਦਾ ਤਾਂ ਕੋਈ ਜ਼ਿਆਦਾ ਵੀ ਐਗਜੈਕਟ ਡਾਟਾ ਮੇਰੇ ਕੋਲ ਹੈ ਨਹੀਂ ਗਾ ਪਿਛਲੇ ਸਾਲ ਨਾਲ ਘਟਿਆ ਜ਼ਰੂਰ ਹੈਗਾ ਪਰ ਅਤੇ ਕੁਛ ਆਪਣੇ ਬਿਜਾਨ ਦਾ ਫਰਕ ਦੋਨੋਂ ਕੰਬਾਈਨ ਕਰਕੇ ਵੀ ਇਹ ਕੁਛ ਘੱਟ ਰਿਹਾ ਸਾਡੇ ਕੋਲ 10% ਪਿਛਲੇ ਸਾਲਾਂ 'ਚ ਜਿਹੜੀ ਮੰਡੀਆਂ ਜਲਦੀ ਵਿਹਲੀਆਂ ਹੋ ਜਾਂਦੀਆਂ ਅਸੀਂ ਲੱਗਦਾ ਨਹੀਂ ਵੀ ਇਸ ਵਾਰ ਜਿਹੜਾ ਦਸੰਬਰ ਆਉਣ ਵਾਲਾ ਹੈਗਾ ਚਲੋ ਕਿੰਨੇ ਦਿਨ ਜਿਹੜਾ ਹੋਰ ਹੈ ਝੋਨੇ ਦੀ ਖਰੀਦ ਦਾ ਜਿਹੜਾ ਸੀਜ਼ਨ ਚੱਲ ਸਕਦਾ ਦੇਖੋ ਪਿਛਲੇ ਸਾਲ ਹੁਣ ਤੱਕ ਲਗਭਗ ਮੰਡੀਆਂ ਫ੍ਰੀ ਹੋ ਜਾਂਦੀਆਂ ਸੀਗੀਆਂ ਪਰ ਇਸ ਵਾਰ ਸੀਜ਼ਨ ਚੱਲਿਆ ਲੇਟ ਸੀਗਾ ਸਾਡੇ ਕੋਲ ਐਂ ਲਾ ਲਓ ਵੀ ਘੱਟੋ ਘੱਟ 7-8 ਦਿਨ ਜਾਂ 10 ਦਿਨ ਦੇ ਕਰੀਬ ਹੀ ਲੇਟ ਸੀ ਪਿਛਲੇ ਸਾਲ ਦੇ ਮੁਕਾਬਲੇ ਅਤੇ ਉਹੀ ਜਿਹੜਾ ਗਏ ਹੁਣ ਡਿਲੇ ਪੈ ਰਿਹਾ 10 ਦਿਨਾਂ ਦਾ ਉਹੀ ਸੇਮ ਹੀ ਹੈਗਾ ਖਰੀਦ ਲੇਟ ਹੋਣ ਦਾ ਕਾਰਨ ਕਿਸਾਨਾਂ ਨੂੰ ਨੁਕਸਾਨ ਨਹੀਂ ਹੁੰਦਾ ਤਾਂ ਉਧਰੋਂ ਧੁੰਦ ਜਿਵੇਂ ਪਿਛਲਾ 3-4 ਦਿਨ ਕਾਫੀ ਸੀ ਹੁਣ ਘਟੀ ਹੈ ਵੀ ਮੌਸਮ ਦੇ ਵਿੱਚ ਠੰਡਕ ਹੋਣ ਨਾਲ ਨਮੀ ਦੀ ਮਾਤਰਾ ਵੀ ਸਹੀ ਨਹੀਂ ਆਉਂਦੀ ਨਹੀਂ ਇਹ ਤਾਂ ਸੀਜ਼ਨ ਹੀ ਲੇਟ ਹੈ ਪਿਛਲੀ ਵਾਰੀ ਝੋਨਾ ਪਹਿਲਾਂ ਪੱਕਿਆ ਇਸ ਲੇਟ ਪੱਕਿਆ ਗਿਆ ਬਾਕੀ ਇਸ ਵਾਰ ਠੰਡ ਵੀ ਤਾਂ ਲੇਟ ਪਈ ਹੈ ਆਪਣੀ ਉਸੇ ਨਾਲ ਹੀ ਇਹ ਸੀਜ਼ਨ ਲੇਟ ਚੱਲਿਆ ਹੋਵੇ ਪਹਿਲਾਂ ਠੰਡ ਆਪਣੀ ਸਟਾਰਟਿੰਗ ਸ਼ੁਰੂ ਹੁੰਦੀ ਸੀ ਆਪਾਂ ਦੁਸਹਿਰੇ ਵੇਲੇ ਹੁੰਦੀ ਸੀਗੀ ਹੁਣ ਹੌਲੀ ਹੌਲੀ ਹੁਣ ਠੰਡ ਹਜੇ 2 ਦਿਨਾਂ ਪੈਣ ਲੱਗੀ ਹੈਗੀ ਪਹਿਲਾਂ ਗਰਮੀ ਸੀਗੀ ਲੱਗਦਾ ਵੀ ਜਿਵੇਂ ਹੁਣ ਖਰੀਦ ਚੱਲ ਰਹੀ ਹੈ ਆਪਾਂ ਪਿਛਲੇ ਸਾਲ ਵਾਲੇ ਅੰਕੜੇ ਤੇ ਪਹੁੰਚ ਜਾਵਾਂਗੇ ਜਾਂ ਉਸ ਤੋਂ ਘਟੇ ਦੇਖੋ ਮੇਰੇ ਕੋਲ ਬਠਿੰਡਾ ਕਮੇਟੀ ਦਾ ਡਾਟਾ ਹੈਗਾ ਬਠਿੰਡਾ ਕਮੇਟੀ ਦੇ ਅਧੀਨ ਤਾਂ ਕੁਛ ਪਰਸੈਂਟੇਜ ਸਾਨੂੰ ਘੱਟਦੀ ਲੱਗ ਰਹੀ ਹੈਗੀ ਜ਼ਿਲ੍ਹੇ ਦਾ ਮੇਰੇ ਕੋਲ ਹਿੰਡ ਡਾਟਾ ਹੋ ਸਕਦਾ ਜ਼ਿਲ੍ਹੇ ਦੇ ਵਿੱਚ ਨੇੜੇ ਪਹੁੰਚ ਜਾਈਏ ਆਪਾਂ